ਮੁਕਸਰ ਸਾਹਿਬ ਵਿਖੇ ਪਸ਼ੂ ਮੰਡੀ ਨੇੜੇ ਕੋੜਾ ਪਾਲਕਮਲ ਨੂੰ ਲਾਏ ਗਏ ਪੰਜਾਬ ਹਾਰਸ ਸ਼ੋਅ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਉਹਨਾਂ ਕੋੜਾ ਪਾਲਕਾਂ ਨਾਲ ਮੁਲਾਕਾਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੋੜਿਆਂ ਦੇ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਉਹਨਾਂ ਨੇ ਇਨਾਮ ਵੰਡੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਫੌਜੀਆਂ ਦੇ ਹੈਲਮਟ ਪਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਲਮਟ ਦੇ ਵਿਰੁੱਧ ਪਹਿਲਾਂ ਵੀ ਸਿੱਖਾਂ ਨੇ ਸੰਘਰਸ਼ ਕੀਤਾ ਹੈ ਤੇ ਹੁਣ ਵੀ ਅਜਿਹਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਅੱਜ ਦੰਗਾ ਪੀੜਤਾਂ ਨੂੰ ਲੁਧਿਆਣਾ ਵਿਖੇ ਨਜ਼ਰਬੰਦ ਕਰਨ ਦੇ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਅੱਜ ਤੱਕ ਪੰਜਾਬ ਦਾ ਭਲਾ ਨਹੀਂ ਕੀਤਾ। ਆ ਬਿਲਕੁਲ ਗਲਤ ਹੈ। ਸਿੱਖ ਜਿਹੜਾ ਸਿੱਖ ਕੌਮ ਨੇ ਕਿ ਹਰ ਵਾਰ ਜਦੋਂ ਵੀ ਕੋਸ਼ਿਸ਼ ਹੋਈ ਪ੍ਰੋਟੈਸਟ ਕੀਤਾ, ਅਸੀਂ ਕਿਤੇ ਬਰਦਾਸ਼ਤ ਨਹੀਂ ਕਰਾਂਗੇ ਜੇ ਹੈਲਮਟ ਦਾ ਰੂਲ ਲਿਆਂਦਾ ਗਿਆ। ਅੱਜ ਮੈਂ ਸਟਰੋਂਗਲੀ ਕੰਡੈਮ ਕਰਦਾ ਅਤੇ ਮੈਂ ਬੇਨਤੀ ਕਰਦਾ ਇਹ ਜਿਹਾ ਕੋਈ ਨਵਾਂ ਰੂਲ ਨਾ ਬਣਾਉਣ। ਗਾਂਧੀ ਪਰਿਵਾਰ ਇੱਕ ਉਹ ਪਰਿਵਾਰ ਹੈ ਜਿਹਨੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਕੀਤਾ। ਪੰਜਾਬ ਦਾ ਪਾਣੀ ਵੀ ਇਹਨਾਂ ਨੇ ਖੋਇਆ ਅਤੇ ਹੁਣ ਪੰਜਾਬ ਦੇ ਕਤਲਿਆਂ ਵੀ ਇਹਨਾਂ ਨੇ ਕਰਾਇਆ।